ਦੀਪ ਦਵਿੰਦਰ ਦੀ ਕਹਾਣੀ ਉੜਕ ਸੱਚ ਰਹੀਦਾ ਬਾਕੀ ਦਾ ਹਿੱਸਾ ਮਾਸੜ ਫੇਰ ਵੀ ਬਾਜਣੀ ਸੀ ਆਇਆ ਤੇ ਭਾਪੇ ਦੇ ਮੁੱਢੇ ਤੇ ਸ਼ਰਾਰਤ ਜਿਹੀ ਨਾਲ ਆਪਣੇ ਹੱਥ ਦੀਆਂ ਉਂਗਲਾਂ ਫੇਰਦਿਆਂ ਬੋਲਿਆ ਸੀ ਉਹ ਸਾਨੂੰ ਆ ਜੇ ਅਗਲੇ ਮੰਨਣ ਨੂੰ ਭਾਰਾਂ ਗੌਰਾਂ ਤੇ ਪੈ ਰਹੀ ਹੈ ਤਾਂ ਯਾਰ ਤੂੰ ਆ ਪੁੱਟ ਜਾਂ ਸ਼ੇਰ ਬਣ ਬਾਹੋਂ ਫੜ ਤੇ ਮਨਾ ਲੈ ਆਪਣੀ ਨਾਲ ਦੀ ਨੂੰ ਘੜੀ ਦੋ ਘੜੀ ਦੇ ਨਖਰੇ ਜੇ ਹੁੰਦੇ ਆ ਜਨਾਨੀ ਤਾਂ ਮੰਨੀ ਹੁੰਦੀ ਐ ਤੇ ਮਾਸੜ ਦੀ ਗੱਲ ਜਦ ਅੱਧ ਵਿਚਾਲੀ ਸੀ ਕਿ ਤੈਸ ਚਾਈ ਚਾਹ ਛਾਲ ਮਾਰ ਕੇ ਉੱਠੀ ਸੀ ਤੇ ਉੱਡਦੇ ਅੰસાર ਮਾਸੀ ਹੱਥੋਂ ਗਲਾਸੀਆਂ ਵਾਲੀ ਪਲੇਟ ਇੱਕੋ ਝਟਕੇ ਨਾਲ ਖੋਕੀ ਪਰ ਉਹ ਵਿੜੇ ਚ ਚਲਾ ਕੇ ਮਾਰੀ ਸੀ ਜਿਨ੍ਹਾਂ ਦੀਆਂ ਡਿੱਗਦੇ ਅੰਸਾਰ ਬੱਤੀ ਠੀਕਰਾਂ ਹੋ ਗਈਆਂ ਖਾਲੀ ਪਲੇਟ ਛਣ ਕਰਦੀ ਰਿੜਦੀ ਰਿੜਦੀ ਗਵਾਂਡੀਆਂ ਦੀ ਕੰਧ ਨਾਲ ਜਾ ਟਕਰਾਈ ਸੀ ਤੇ ਮੈਂ ਵੇਖਿਆ ਪਾਪੇ ਦੇ ਚਿਹਰੇ ਤੇ ਆਈ ਰੌਣਕ ਫਲਾਂ ਚਿਨਾ ਜੀ ਕਿਧਰੇ ਉੱਡ ਪੋਟ ਗਈ ਸੀ ਉਹ ਖਭਰਾਇਆ ਹੋਇਆ ਉੱਠ ਕੇ ਨੁਕਰੇ ਜਾਖ ਲੋਤਾ ਸੀ ਚਾਈ ਨੇ ਧੌਣ ਭਵਾ ਕੇ ਕੋਲ ਖੜੇ ਮਾਸੀ ਮਾਸੜ ਵੱਲ ਕਹਿਰੀ ਨਜ਼ਰیں ਵੰਦਿਆ ਰੂਣ ਹਾਕੀ ਆਵਾਜ਼ ਚ ਕਿਹਾ ਸੀ ਤਸਾਂ ਦੋਹਾਂ ਜੀਆਂ ਤਮਾਸ਼ੀ ਬੀਨੀ ਕੀਤੀ ਸੀ ਮੇਰੇ ਨਾਲ ਤੇ ਉਮਰ ਭਰ ਦਾ ਸਿਆਪਾ ਗਲ ਪਾ ਛੱਡਿਆ ਜੇ ਮੇਰੇ ਜਿਹਨੂੰ ਮੇਰੇ ਮਗਰੋਂ ਵੀ ਨਹੀਂ ਜੇ ਲੈਣ ਦਿੰਦੇ ਕਹਿੰਦੇ ਆਂ ਛਾਈ ਦੀ ਆਵਾਜ਼ ਕੰਬਣ ਲੱਗੀ ਸੀ ਉਸੇ ਤਰ੍ਹਾਂ ਕੰਬਦੇ ਬੋਲਾਂ ਨਾਲ ਹੋਰ ਪਤਾ ਨਹੀਂ ਕੀ ਅਬਾ ਤਵਾ ਬੋਲੀ ਜਾ ਰਹੀ ਸੀ ਇੰਜੀ ਬੋਲਦੀ ਬੋਲਦੀ ਨੇ ਆਪਣੇ ਗਲ ਪਾਇਆ ਕਮੀਜ਼ ਪਿਛਾੜਿਓਂ ਦੋ ਹੱਥਾਂ ਨਾਲ ਸੂਤ ਕੀਤਾ ਤੇ ਮੇਰੀ ਵੀਣੀਂਗ ਗੁੱਟ ਲਾਗੇਉਂ ਘੁੱਟ ਕੇ ਫੜਦੇ ਆ ਆਪਣੇ ਨਾਲ ਧੂੰਦੀ ਉਹ ਬਾਹਰਲੇ ਦਰਵਾਜ਼ੇ ਨੂੰ ਹੋਦੂ ਰਹੀ ਸੀ ਮਸੀ ਹੋਰੀ ਵੀ ਤਿੰਨੇ ਜਣੇ ਅੱਗੜ ਪਿਛੜ ਬਾਹਰ ਤਾਂ ਆਏ ਪਰ ਪਤਾ ਨਹੀਂ ਗਲੀ 'ਚ ਰੌਲਾ ਪੈਣ ਦੇ ਡਰੋਂ ਜਾਂ ਕੁਝ ਹੋਰ ਕਿਸੇ ਨੇ ਵੀ ਅੱਗੇ ਹੋ ਕੇ ਚਾਈ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਹੈਰਾਨੀ ਤੇ ਪਰੇਸ਼ਾਨੀ 'ਚ ਸਾਨੂੰ ਜਾਂਦਿਆਂ ਨੂੰ ਵੇਂਦੇ ਰਹੇ ਸੀ ਚਾਈ ਕਾਲੀ ਨਾਲ ਪੈਰ ਪੁੱਟ ਦੀ ਤੰਗ ਗਲੀ ਵਾਲਾ ਮੋੜ ਮੁੜ ਗਈ ਸੀ ਬਗੈਰ ਆਸਾ ਪਾਸਾ 'ਚਾ ਸੱਜਾ ਖੱਬਾ ਵੇਖਿਆ ਉਹ ਛੂਟ ਵੱਟੀ ਜਾ ਰਹੀ ਸੀ ਚਾਈ ਪਹਿਲਾਂ ਹੀ ਕੁਝ ਦਿਨਾਂ ਤੋਂ ਪਰੇਸ਼ਾਨ ਸੀ ਥੋੜੇ ਦਿਨ ਪਹਿਲਾਂ ਆਸ-ਪਾਸ ਦੀਆਂ ਜਨਾਨੀਆਂ ਦੇ ਕਹਿਣ ਤੇ ਮਕਾਨ ਮਾਲਕ ਨੇ ਚਾਈ ਨੂੰ ਬੁਰਾ ਭਲਾ ਕਹਿੰਦੇ ਆ ਕਈ ਤਰ੍ਹਾਂ ਦੇ ਮਿਹਣੇ ਕਮਿਹਣੇ ਦਿੱਤੇ ਸੀ ਤੇ ਨਾਲ ਹੀ ਸਾਡਾ ਸਾਮਾਨ ਅੰਦਰੋਂ ਚੁੱਕ ਬਾਹਰ ਗਲੀ 'ਚ ਸੁੱਟਵਾ ਮਕਾਨ ਨੂੰ ਜੰਦਰਾ ਮਾਰ ਲਿਆ ਸੀ ਬੜਾ ਖੱਜਲ ਖਵਾਰ ਹੋਈ ਸੀ ਅਸੀਂ ਕਈ ਕਲੋਨੀਆਂ ਚਾਈ ਮੈਨੂੰ ਨਾਲ ਲੈ ਕੇ ਫਿਰੀ ਸੀ ਪਰ ਹਰ ਕੋਈ ਅੱਗੇੋਂ ਸੌ ਸਵਾਲ ਕਰਦਾ ਚਾਈ ਮੈਨੂੰ ਆਪਣੇ ਅੱਗੇ ਖੜੇ ਕਰਕੇ ਐਵੇਂ ਝੂਠੇ ਸੱਚੇ ਜਵਾਬ ਦਿੰਦੀ ਤਾਂ ਵੀ ਅਗਲੇ ਦੀ ਤਸੱਲੀ ਨਾ ਹੁੰਦੀ ਥੱਕ ਹਾਰ ਕੇ ਕਿਸੇ ਮੰਦਰ ਗੁਰਦੁਆਰੇ 'ਚ ਰਾਤ ਗੁਜ਼ਾਰਨੀ ਪੈਂਦੀ ਸੀ ਸਾਨੂੰ ਤਾਂ ਹੀ ਚਾਹੀ ਉਸ ਦਿਨ ਧੁਖੀ ਜਿਹੀ ਖੀਜੀ ਲੱਗਦੀ ਸੀ ਤੇ ਬੋਲਦੀ ਵੀ ਵੱਡ ਖਾਣਿਆ ਮੰਗ ਸੀ ਮੁਸ਼ਕਲ ਨਾਲ ਤਾਂ ਸਾਨੂੰ ਇਹ ਜਗਾ ਲੱਭੀ ਸੀ ਜਿੱਥੋਂ ਮੈਂ ਹੁਣ ਜਾਣਾ ਨਹੀਂ ਸੀ ਚਾਹੁੰਦਾ ਮੈਂ ਚਾਹੁੰਦਾ ਸੱਚਾਈ ਮੇਰੀ ਘੁੱਟ ਕੇ ਫੜੀ ਬਾਹਂ ਛੱਡ ਦੇਵੇ ਤੇ ਮੈਂ ਵਾਪਸ ਭਾਪੇ ਹੋਰਾਂ ਕੋਲ ਮੁੜ ਜਾਵਾਂ ਮੈਂ ਇਹੋ ਜੀ ਨੱਠੂ ਭੱਜੀ ਤੋਂ ਅੱਕ ਥੱਕ ਗਿਆ ਸਾਂ ਹੌਨ ਸਾਹ ਲੈਣਾ ਚਾਹੁੰਦਾ ਸਾਂ ਪਰਚਾ ਇਹ ਇਸ ਦੌੜ ਦਾ ਕੋਈ ਥੋੜੀ ਸੀ ਲੱਗ ਰਿਹਾ ਮੈਂ ਚਾਹੁੰਦਾ ਸੀ ਝਾਈ ਵੀ ਹੁਣ ਟਿੱਕੇ ਬੈਠ ਜਾ ਕਿਤੇ ਭਾਤ ਹੀ ਰਿਆ ਜਾਂ ਕਿਤੇ ਟਿਕ ਜਾ ਤੂੰ ਵੀ ਦੋ ਘੜੀਆਂ ਰਾਤ ਇੰਜੀ ਤੁਰੇ ਫਿਰਦੇ ਦੀ ਲੰਗ ਚੱਲੀ ਐ ਦਿਨੇ ਫੇਰ ਸਾਰੀ ਦਿਹਾੜੀ ਪਹਿਰੇਦਾਰੀ ਚ ਗੁਜ਼ਰਨੀ ਐ ਤੇਰੀ ਸੋਚਾਂ ਚੁਲ ਜੇ ਨੂੰ ਪਤਾ ਹੀ ਨਹੀਂ ਲੱਗਿਆ ਰੂਪਾ ਕਦੋਂ ਫੇਰ ਉੱਠ ਖਲੋਤਾ ਸੀ ਮੈਨੂੰ ਬਨੇਰੇ ਕੋਲ ਖਲੋਤੇ ਨੂੰ ਵੇਖ ਮੇਰੇ ਕੋਲ ਆਇਆ ਤੇ ਆਪਣੀ ਬਾਹ ਦੇ ਕਲਾਵੇ ਚ ਲੈਂਦੇ ਆਂ ਡੱਠੀ ਮੰਜੀ ਵੱਲ ਲੈ ਆਇਆ ਸੀ ਉਦਿਆਂ ਬਾਹਾਂ ਦੇ ਛੋਰ ਨਾਲ ਮੈਨੂੰ ਧੁਰ ਅੰਦਰ ਕਿਤੇ ਠੰਡਕ ਜਿਹੀ ਮਹਿਸੂਸ ਹੋਈ ਸੀ ਉਹ ਮੈਨੂੰ ਮੰਜੀ ਤੇ ਬਿਠਾਉਂਦਿਆਂ ਕਹਿੰਦਾ ਪੈਜਾ ਪੈਜਾ ਮੇਰਾ ਵੀਰ ਹੋਰ ਦੋ ਘੜੀਆਂ ਨੂੰ ਲੋ ਲੱਗਣ ਵਾਲੀ ਐ ਰੂਪਾ ਮੈਨੂੰ ਮੰਜੇ ਤੇ ਬਿਠਾ ਕੇ ਆਪ ਫੇਰ ਜਾ ਟੇਡਾ ਹੋਇਆ ਮੱਠੀ ਮੱਠੀ ਹਵਾ ਚੱਲਣ ਲੱਗੀ ਐ ਮੈਂ ਆਪਣੇ ਪੈਰਾਂ 'ਵਲ ਪਈ ਚਾਦਰ ਖਿੱਚ ਕੇ ਆਪਣਾ ਆਪ ਕੱਜਣ ਦੀ ਕੋਸ਼ਿਸ਼ ਕਰਦਾ ਤੈਅ ਕਰਕੇ ਪੈਰਾਂ 'ਵਲ ਰੱਖੀ ਚਾਦਰ ਕੱਲੀ ਬਾਹ ਤੋਂ ਸੂਤ ਨਹੀਂ ਆਉਂਦੀ ਮੈਂ ਆਪਣੀ ਦੂਜੀ ਬਾਂ ਦਾ ਅਰਕ ਲਾਗ ਲਾ ਬੇਟਾ 바ਜਿਆ ਸਿਰ ਸਿਰਾਂ ਚਾਦਰ ਹੇਟ ਕਰਦਾ ਤੇ ਨਾਲ ਹੀ ਰੂਪਾ ਠੀਕ ਹੀ ਤਾਂ ਕਹਿੰਦਾ ਹੁਣ ਮੈਨੂੰ ਟਿਕ ਜਾਣਾ ਚਾਹੀਦਾ ਮੈਂ ਆਪਣੀਆਂ ਅੱਖਾਂ ਦੀਆਂ ਪਲਕਾਂ ਸਹਿਜ ਸਹਿਜ ਮੀਟਣ ਦੇ ਪਾਸੇ ਪਰਨੇ ਹੋ ਕੇ ਸੌਣ ਦਾ ਯਤਨ ਕਰਦਾ ਸੁਪਨੇ ਚਾਉਂਦੇ ਭਾਪੇ ਦਾ ਖਿਆਲ ਫਿਰ ਮੇਰੇ ਦਿਮਾਗ ਦੇ ਖੁੰਜੇ ਚ ਉੱਠ ਖਲੋਂਦਾ ਮੈਂ ਆਪਣੀਆਂ ਅੱਧ ਮੀਚੀਆਂ ਅੱਖਾਂ ਜਲਦੀ ਨਾਲ ਖੋਲਦਾ ਚਾਦਰ ਹੇਠੋਂ ਆਪਣਾ ਮੂੰਹ ਬਾਹਰ ਕੱਢਦਾ ਪਤਾ ਨਹੀਂ ਮੂੰਹ ਸਿਰ ਬਲੇਟਣ ਕਰਕੇ ਜਾਂ ਕੋਈ ਹੋਰ ਸਹਿਮ ਮੇਰੇ ਸਾਹ ਤੇਜ਼ ਤੇਜ਼ ਚੱਲਣ ਲੱਗੇ ਨੇ ਨਾਲ ਕਬਰਾਂਟ ਜਾਈ ਗਈ ਤੇ ਮੈਂ ਹਿੰਮਤ ਕਰਕੇ ਕੋਲ ਪਏ ਗਲਾਸ ਚੋਂ ਪਾਣੀ ਦੇ ਦੋ ਘੁੱਟ ਸੰਘੂ ਹੇਠਾ ਸੁੱਟਦਾ ਤਾਂ ਜੋ ਪਹਿਲੇ ਵੇਲੇ ਦੀ ਤਲਖੀ ਜਿਹੜੀ ਹੁਣ ਤੀਕ ਮੇਰਾ ਘਿਹੜਾ ਨਹੀਂ ਸੀ ਛੱਡ ਰਹੀ ਥੋੜੀ ਘੱਟ ਹੋਵੇ ਮੈਂ ਕਾਲੀ ਨਾਲ ਉੱਠ ਕੇ ਬੈਠ ਜਾਣਾ ਦਿਮਾਗ ਦਾ ਤਣਾਅ ਜਿਵੇਂ ਸਿਖਰ ਤੇ ਹੈ ਤੇ ਬੋਝਲ ਹੋਈਆਂ ਅੱਖਾਂ ਦੁਖਣ ਲੱਗੀਆਂ ਨੇ ਸਨਾਓ ਤਾਂ ਉਸ ਦਿਨ ਚਾਹੀਦਾ ਵੀ ਇੰਜ ਹੀ ਸਿਖਰ ਤੇ ਸੀ ਜਦੋਂ ਮੇਰਾ ਗੁੱਟ ਫੜ ਕੇ ਦਿਨ ਡੁੱਬੇ ਘਰੋਂ ਨਿਕਲ ਤੁਰੀ ਵੜਵਲੇਵੇਂ ਖਾਂਦੀਆਂ ਤੰਗ ਗਲੀਆਂ ਚੋਂ ਬਾਹਰ ਨਿਕਲ ਕੇ ਇੱਕ ਕਲੋਨੀ ਪਿਛਾੜੀ ਲੰਘਦੀ ਰੇਲਵੇ ਲਾਈਨ ਤੇ ਜਾ ਚੜੀ ਸੀ ਉਸ ਵੇਲੇ ਤੀਖ ਸਹਿਜ ਸਹਿਜ ਉੱਤਰ ਦਾ ਹਨੇਰਾ ਗੂੜਾ ਹੋ ਗਿਆ ਸੀ ਇੱਕ ਦੂਜੇ ਨਾਲ ਜੁੜ ਕੇ ਖੜੇ ਰੁੱਖਾਂ ਦੇ ਸਿਆਹ ਕਾਲੇ ਪਰਛਾਵਿਆਂ ਵੱਲ ਵੇਖ ਖੌਫ ਹੁੰਦਾ ਸੀ ਡਰ ਸਹਮ ਦਾ ਮਾਰਿਆ ਮੈਂ ਛਾਈ ਦੇ ਨਾਲ ਲੱਗ ਕੇ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ ਬੰਦਾ ਛਾੜੇ ਇਧਰ ਕੋਈ ਪਰਿੰਦਾ ਵੀ ਨਜ਼ਰ ਨਹੀਂ ਸੀ ਆ ਰਿਹਾ ਰੇਲਵੇ ਲਾਈਨ ਦੀਆਂ ਦੋ ਕਾਲੀਆਂ ਜੀਆਂ ਲਕੀਰਾਂ ਜ਼ਮੀਨ ਨਾਲ ਲੱਗ ਕੇ ਉ ਲੇਟੀਆਂ ਪਈਆਂ ਸੀ ਜਿਵੇਂ ਇੰਜਣ ਉਹਨਾਂ ਨੂੰ ਕੁਚਲ ਕੇ ਲੰਘਿਆ ਹੋਵੇ ਤੇ ਉਹ ਹੁਣ ਠੰਡੀਆਂ ਹੋ ਗਈਆਂ ਹੁਣ ਚਾਈ ਖਿੰਡਰੇ ਪੱਥਰਾਂ ਤੇ ਉਬੜ ਖਾਬੜ ਤੁਰਦੀ ਥੋੜਾ ਚੜਦੇ ਵੱਲੋਂ ਹੋਈ ਸੀ ਫਿਰ ਪਤਾ ਨਹੀਂ ਹੰਬ ਜਾਣ ਕਰਕੇ ਜਾਂ ਅੱਗੇ ਕਸਮੈਲੇ ਨੇਰ ਦਾ ਧੁੰਦਲਕਾ ਹੋਰ ਜ਼ਿਆਦਾ ਸੰਘਣਾ ਹੋ ਜਾਣ ਕਰਕੇ ਉੱਥੇ ਗਾਰਡਰ ਤੇ ਨਿੱਠ ਕੇ ਬੈਠ ਗਈ ਤੇ ਮੈਨੂੰ ਵੀ ਬਾਹੂ ਖਿੱਚ ਕੋਲ ਬਿਠਾ ਲਿਆ ਸੀ ਤੇੜ ਪਾਈ ਨਿੱਕਰ ਕਸੀ ਹੋਣ ਕਰਕੇ ਮੈਨੂੰ ਦਿਨ ਭਰ ਤਪਦੇ ਰਹੇ ਗਾਰਡਰ ਦਾ ਸੇਕ ਲੱਗਣ ਲੱਗਿਆ ਸੀ ਜਿਸ ਕਰਕੇ ਮੈਂ ਛੇਤੀ ਉੱਸਲ ਵੱਟੇ ਪਹਨਣ ਲੱਗ ਗਿਆ ਸੀ ਨਿੱਠ ਕੇ ਬੈਠੀ ਚਾਹੀ ਖਿਸਕ ਕੇ ਮੇਰੇ ਨੇੜੇ ਹੋ ਗਈ ਮੜਮੜੋ ਧੌਣ ਉੱਪਰ ਚੁੱਕ ਕੇ ਕਦੀ ਖੱਬੇ ਕਦੀ ਸੱਜੇ ਦੂਰ ਤੀਕ ਚਾਤੀ ਮਾਰ ਰਹੀ ਸੀ ਆਸੇ ਪਾਸੇ ਫੈਲੇ ਮੌਤ ਵਰਗੇ ਸਨਾਂਟੇ 'ਚ ਲਗਾਤਾਰ ਤੇਜ਼ ਤੇਜ਼ ਚਲਦੇ ਸਾਡੇ ਸਾਹਾਂ ਤੋਂ ਬਿਨਾ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ ਚਾਈ ਨੇ ਆਪਣੀ ਬਾਹ ਮੇਰੇ ਉੱਪਰੋਂ ਦੀ ਵਲਦਿਆ ਮੈਨੂੰ ਆਪਣੇ ਨਾਲ ਲਾ ਲਿਆ ਤੇ ਕਿੰਨਾ ਹੀ ਚਿਰਾਂ ਜੀ ਬੈਠੀ ਕੁਝ ਸੋਚਦੀ ਰਹੀ ਸੀ ਮੈਨੂੰ ਆਸ-ਪਾਸ ਦਾ ਡਰ ਵੱਡਾ-ਵੱਡਾ ਖਾ ਰਿਆ ਸੀ ਤੇ ਮੈਂ ਆਪਣਾ ਸਿਰ ਛਾਈ ਦੀ ਵੱਖੀ ਚ ਲੁਕਾਣ ਦੀ ਕੋਸ਼ਿਸ਼ ਕਰ ਰਿਆ ਸਾਂ ਡਰ ਦੇ ਮਾਰੇ ਦੀਆਂ ਮੇਰੀਆਂ ਅੱਖਾਂ ਮੁਹਾਰੇ ਮਿਟਦੀਆਂ ਜਾ ਰਹੀਆਂ ਸਨ ਮੈਂ ਚਾਹੁੰਦਾ ਸੀ ਛਾਈ ਮੈਨੂੰ ਸਿਰ ਵਾਲੇ ਲੀੜੇ ਹੇਠ ਲੁਕੋ ਲਵੇ ਫਿਰ ਪਤਾ ਨਹੀਂ ਬੈਠੀ-ਬੈਠੀ ਦੇ ਦਿਲ ਚ ਕੀ ਆਈ ਮੇਰੀ ਬਾਹ ਆਪਣੇ ਬਾਹ ਨਾਲ ਮੇਚਣ ਲੱਗੀ ਕਦੀ ਆਪਣੇ ਦੂਜੇ ਹੱਥ ਨਾਲ ਮੇਰੀਆਂ ਉਂਗਲਾਂ ਨੂੰ ਖਿੱਚ ਕੇ ਬਾਹ ਹੋਰ ਲੰਬੀ ਕਰਨ ਦੀ ਕੋਸ਼ਿਸ਼ ਕਰਦਿਆਂ ਆਪਣੀ ਬਾਹ ਥੋੜੀ ਢਿੱਲੀ ਕਰ-ਕਰ ਵੇਖਦੀ ਸੀ ਇਸੇ ਉਦੇੜ ਬੁੰਦੀ ਉਲਝਣ ਚੁਲਜੀ ਨੇ ਆਪਣੀ ਸੇਰ ਵਾਲੀ ਚੁੰਨੀ ਨਾਲ ਮੇਚੀਆਂ ਬਾਹਾਂ ਨੂੰ ਇਕੱਠਿਆਂ ਬੰਨਣਾ ਸ਼ੁਰੂ ਕਰਤਾ। ਉਹ ਜਿਉਂ-ਜਿਉਂ ਚੁੰਨੀ ਦਾ ਬੁਲਾਵਾ ਮਾਰ ਰਹੀ ਸੀ ਮੇਰਾ ਦਿਲ ਡੁੱਬਦਾ ਜਾ ਰਿਹਾ ਸੀ। ਮੈਨ ਲੱਗਦਾ ਸੀ ਜਿਉਂ ਕੋਈ ਮੇਰੀ ਬਾਹ ਦੇ ਨਾਲ-ਨਾਲ ਮੇਰੇ ਪੈਰਾਂ ਨੂੰ ਵੀ ਨੋੜ ਰਿਹਾ ਹੋਵੇ। ਮੇਰੀ ਕਬਰਾਟ ਵੱਧਦੀ ਜਾ ਰਹੀ ਸੀ ਤੇ ਮੈਂ ਉਸ ਤੋਂ ਛੁੱਟ ਕੇ ਭੱਜ ਜਾਣ ਲਈ ਤਰਲੋ ਮੱਚੇ ਹੋ ਰਿਆ ਸੀ। ਹਨੇਰੇ ਕਰਕੇ ਭਾਵੇਂ ਮੈਂ ਚਾਹੀਦਾ ਚਿਹਰਾ ਤਾਂ ਪੂਰਾ ਨਹੀਂ ਸੀ ਦੇਖ ਸਕਦਾ ਪਰ ਉਹਦੇ ਹਾਫ ਭਾਵ ਤੋਂ ਮੈਂ ਸਮਝ ਰਿਹਾ ਸੀ ਕਿ ਉਹਦੇ ਅੰਦਰ ਬਹੁਤ ਕੁਝ ਟੁੱਟ ਭੱਜ ਰਿਹਾ ਸੀ ਤਾਂ ਹੀ ਉਹ ਕਦੇ ਹੌਕਾ ਜਿਹਾ ਲੈਂਦੀ ਕਦੇ ਆਪਣੀਆਂ ਉਂਗਲਾਂ ਦੀ ਕੰਗੀ ਜੀ ਬਣਾ ਕੇ ਮੇਰੇ ਵਾਲਾਂ 'ਚ ਫੇਰਦੀ ਮੇਰਾ ਮੂੰਹ ਸਿਰ ਵੀ ਚੁੰਮਦੀ ਸੀ ਪਤਾ ਨਹੀਂ ਮੇਰੇ ਉਲਝੇ ਤੇ ਜਿੱਡੜ ਜੇ ਅਟਕਾਂ ਵਾਲੇ ਵਾਲਾਂ 'ਚ ਫਿਰਦੀਆਂ ਝਾਈਆਂ ਖੁਰਦਰੀਆਂ ਤੇ ਖੁਸ਼ਕੀ ਮਾਰੀਆਂ ਉਂਗਲਾਂ ਕਰਕੇ ਜਾਂ ਕੁਝ ਹੋਰ ਮੇਰੇ ਤਾਲੂ 'ਚ ਪੀੜ ਨਿਕਲਣ ਲੱਗੀ ਸੀ ਮੈਂ ਝਾਈ ਤੋਂ ਡਰ ਗਿਆ ਸੀ ਉਹ ਖਿਸਕ ਕੇ ਜਿੰਨਾ ਮੇਰੇ ਨੇੜੇ ਹੁੰਦਾ ਯਤਨ ਕਰਦੀ ਮੈਂ ਉਹਨਾਂ ਹੋਰ ਸਰਕ ਕੇ ਉਹਦੇ ਤੋਂ ਵਿਤ ਪਾਉਣ ਦੀ ਕੋਸ਼ਿਸ਼ ਕਰਨ ਲੱਗਿਆ ਸੀ ਮੈਂ ਬਾਹਾਂ ਛੁਡਵਾ ਕੇ ਸੰਘਣੇ ਨੇਰੇ ਦੀ ਪਰਤ 'ਚ ਛਿਪ ਜਾਣਾ ਚਾਹੁੰਦਾ ਸੀ ਪਰਛਾਈ ਮੈਨੂੰ ਛੱਡਣ ਦੀ ਬਜਾਏ ਆਪਣੇ ਨਾਲ ਹੋਰ ਨੂੜ ਰਹੀ ਸੀ ਆਸ-ਪਾਸੇ ਫੈਲੇ ਸੰਘਣੇ ਨੇਰੇ ਨਾਲੋਂ ਮੈਨੂੰ ਛਾਈ ਤੋਂ ਬਹੁਤਾਂ ਖੌਫ ਹੋਣ ਲੱਗਿਆ ਸੀ ਰੇਲ ਦੇ ਗਾਰਡਰ 'ਚੋਂ ਕੰਪਨ ਜੀ ਮਹਿਸੂਸ ਹੋਣ ਲੱਗੇ ਸ਼ਾਇਦ ਛਾਈ ਨੂੰ ਵੀ ਮਹਿਸੂਸ ਹੋਈ ਸੀ ਤਾਂ ਹੀ ਉਹ ਚੁੱਕ ਨਹੀਂ ਹੋ ਗਈ ਸੀ ਤੇ ਧੌਣ ਉੱਪਰ ਨੂੰ ਚੁੱਕ ਕੇ ਇੱਧਰ ਉੱਧਰ ਝਾਕਣ ਲੱਗੀ ਸੀ ਦੂਰੋਂ ਆਉਂਦੀ ਰੇਲ ਗੱਡੀ ਦੀ ਆਵਾਜ਼ ਸੁਣਾਈ ਦੇਣ ਲੱਗੀ ਤੇ ਨਾਲ ਹੀ ਹਨੇਰੇ ਨੂੰ چیرਦਾ ਚਾਨਣ ਦਾ ਗੋਲਾ ਪੂਰੀ ਤੇਜ਼ੀ ਨਾਲ ਸਾਡੇ ਵੱਲ ਵੱਧ ਆ ਰਿਹਾ ਸੀ ਮੇਰੀ ਡਰ ਦੇ ਮਾਰੇ ਦੀ ਚੰਗਰ ਵੱਜੀ ਮੈਂ ਨਾਲ ਹੀ ਗਾਰਡਰ ਤੋਂ ਉੱਠ ਜਾਣ ਲਈ ਝਾਈ ਤੋਂ ਛੁੱਟਣ ਵੀ ਲੱਗਿਆ ਸੀ ਪਰ ਉਹ ਮੈਨੂੰ ਛੱਡ ਨਹੀਂ ਸੀ ਰਹੀ ਉਸ ਵੇਲੇ ਝਾਈ ਮੈਨੂੰ ਆਪਣੇ ਅੰਡੇ ਪੀ ਜਾਣ ਵਾਲੀ ਸੱਪਣੀ ਜਾਂ ਬੱਚੇ ਖਾਣੀ ਕੋਈ ਡਾਇਨ ਲੱਗ ਰਹੀ ਸੀ ਜੀ ਤੋ ਛੁੱਟਣ ਲਈ ਮੈਂ ਪੂਰਾ ਤਾਨ ਲਾ ਰਿਹਾ ਸੀ ਪਰ ਉਹ ਮੇਰੀ ਕੋਈ ਵਾਹ ਪੇਸ਼ ਨਹੀਂ ਸੀ ਜਾਣ ਦੇ ਰਹੀ ਤੇ ਵਿੱਚ ਵਿਜਾਲੇ ਖਿਜੀ ਆਵਾਜ਼ ਕੁਝ ਨਾ ਕੁਝ ਬੋਲ ਵੀ ਰਹੀ ਸੀ ਉਹਦੀਆਂ ਟੁੱਟਵੀਆਂ ਜੀਆਂ ਗੱਲਾਂ ਮੇਰੇ ਤੀਕ ਪਹੁੰਚਦਾ ਰਹੀਆਂ ਸੀ ਪਰ ਉਹਨਾਂ ਖਿੰਡਰੀਆਂ ਪੁੰਡਰੀਆਂ ਜੀਆਂ ਗੱਲਾਂ ਨੂੰ ਜੋੜ ਕੇ ਕੋਈ ਅਰਥ ਸਮਝਣ ਨਾਲੋਂ ਮੈਂ ਆਪਣੀ ਜਾਨ ਬਚਾਉਣ ਖਾਤਰ ਆਖਰੀ ਹੰਬੜਾ ਮਾਰਿਆ ਸੀ ਤੇ ਬੈਠਾ ਬੈਠਾ ਹੀ ਗਾਰਡਰ ਤੋਂ ਖਿਸਕ ਕੇ ਖਤਾਨਾਂ ਵਾਲੇ ਪਾਸੇ ਨੂੰ ਪਸਲੇਟਾ ਮਾਰ ਗਿਆ ਸੀ ਬਾਹ ਬੱਜੀ ਹੋਣ ਕਰਕੇ ਛਾਈ ਮੇਰੇ ਉੱਪਰ ਨੂੰ ਝੁਕਦਾ ਜ਼ਰੂਰ ਗਈ ਸੀ ਪਰ ਫਿਰ ਵੀ ਮੇਰੀ ਬਾਹ ਆਪਣੇ ਤੋਂ ਵੱਖ ਨਹੀਂ ਸੀ ਹੁਣ ਦਿੱਤੀ ਆਪਣੇ ਗੋਦੀ 'ਚ ਆਪਣੇ ਹੱਥ ਨਾਲ ਹੀ ਮੇਰੇ ਮੇਰਾ ਹੱਥ ਵੀ ਲਗਾਉਣ ਦਾ ਯਤਨ ਕਰ ਰਹੀ ਸੀ ਕੰਨ ਪਾੜਵੇਂ ਸ਼ੋਰ 'ਚ ਤੇਜ਼ ਛਖੜ ਵਾਂਗ ਆਉਂਦਾ ਕੋਈ ਪਹਾੜ ਦੰਦ ਨਾਉਂਦਾ ਉੱਪਰ ਦੀ ਗੁਜ਼ਰ ਗਿਆ ਚਾਈ ਤੁੰਬਾ ਤੁੰਬਾ ਹੋਈ ਕਈ ਹਿੱਸਿਆਂ 'ਚ ਖਿੰਡ ਪੁੰਡ ਗਈ ਸੀ ਜਿਸ ਬਾਰੇ ਮੈਨੂੰ ਕਈ ਚਿਰ ਬਾਅਦ ਹੋਸ਼ ਆਉਣ ਤੇ ਪਤਾ ਚੱਲਿਆ ਸੀ ਨਾਲ ਹੀ ਅਰਕ ਲੱਗ ਗਿਆ ਆਪਣੀ ਬਾਹ ਦੀ ਆਰੀ ਹੋਣ ਦਾ ਵੀ ਜਿਹਨੂੰ ਛਾਈ ਹਮੇਸ਼ਾ ਫੜ ਕੇ ਰੱਖਦੀ ਹੁੰਦੀ ਸੀ ਤੇ ਜਾਂਦੀ ਵਾਰ ਵੀ ਆਪਣੇ ਨਾਲ ਹੀ ਲੱਗੀ ਸੀ ਰੂਪੇ ਦੇ ਖੰਗਣ ਨਾਲ ਮੇਰੀ ਸੁਰਤੀ ਪਰਤੀ ਹੈ ਬੈਠੇ ਬੈਠੇ ਦੀਆਂ ਅੱਖਾਂ ਨਮ ਹੋ ਗਈਆਂ ਸਰੀਰ ਚ ਕੰਬਣੀ ਜਿਹੀ ਵੀ ਛੜੀ ਹੈ ਕੋਲ ਪਈ ਚਾਦਰ ਚ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਫਿਰ ਵੀ ਕਲੇਜਾ ਵਾਸਤੇ ਨਹੀਂ ਆ ਰਿਹਾ ਮੈਂ ਮੰਜੀ ਦੀ ਇੱਕ ਨੁਕਰੇ ਗੁੱਛਾ ਮੁੱਛਾ ਜਿਹਾ ਹੋ ਕੇ ਆਪਣੇ ਆਪ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਦਾ ਮੇਰੀ ਸੁਰਤੀ ਛਾਈ ਵੱਲੋਂ ਕਈਆਂ ਉਹਨਾਂ ਖਿੰਡਰੀਆਂ ਪੁੰਡਰੀਆਂ ਗੱਲਾਂ ਵੱਲ ਜਾਂਦੀ ਐ ਸ਼ਾਇਦ ਇਹਨਾਂ ਜੀ ਕਹਿ ਰਹੀ ਸੀ ਕਿ ਤੈਨੂੰ ਜੀਣ ਨਹੀਂ ਦੇਣਾ ਲੋਕਾਂ ਜਾਂ ਫਿਰ ਬਾਹ ਨੂੰ ਖਿੱਚਦੀ ਖਿਜੀ ਹੋਈ ਆਵਾਜ਼ سے ਕਹਿੰਦੀ ਸੀ ਰੋਜ਼ ਰੋਜ਼ ਮਰਿਆ ਕਰੇਗਾ ਮੈਂ ਛਾਈ ਦੀਆਂ ਨਾ ਗੱਲਾਂ ਦੇ ਕਈ ਉਠਪਟਾਂ ਅਰਥ ਕੱਢਦਾ ਰਿਹਾ ਹੁਣ ਤੀਕ ਛਾਈ ਨੂੰ ਸ਼ੱਕ ਦੇ ਕਿਟਾਰੇ 'ਚ ਖੜਾ ਕਰਕੇ ਕਈ ਤਰ੍ਹਾਂ ਦੇ ਸਵਾਲ ਵੀ ਕਰਦਾ ਰਿਹਾ ਕਿ ਚੰਗਾ ਭਲਾ ਪਿਓ ਭਲਾ ਮਾਨਸ ਬੰਦਾ ਮਗਰ ਮਗਰ ਫਿਰਦਾ ਹੁੰਦਾ ਸੀ ਜਿਹਨੂੰ ਵੇਖਦੇ ਆ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਏਨੂੰ ਹੋਰ ਨਾ ਰੰਗਬਰੰਗੇ ਬੰਦਿਆਂ ਨਾਲ ਜਦੋਂ ਹਾਸਾ-ਸਸ ਗੱਲਾਂ ਕਰਦੀ ਨੂੰ ਕਦੀ ਵੇਖਦਾ ਤਾਂ ਸੱਚੀ ਉਸ ਵੇਲੇ ਨੱਕ ਡੋਬ ਕੇ ਮਰ ਜਾਣ ਨੂੰ ਦਿਲ ਕਰਦਾ ਹੁੰਦਾ ਸੀ ਇਹੋ ਜੇ ਕਈ ਬਿਨਾ ਸਿਰ ਪੈਰ ਦੇ ਸਵਾਲ ਜਿਨ੍ਹਾਂ ਦੇ ਜਵਾਬ ਕਦੀ ਵੀ ਮੇਰੇ ਜ਼ਿਹਨ ਦੇ ਨੇੜੇ ਤੇੜੇ ਵੀ ਨਹੀਂ ਸੀ ਆਏ ਆਹ ਤਾਂ ਜਦੋਂ ਮੇਰੇ ਕੋਲ ਆਇਆ ਪਾਪਾ ਪੂਰਾ ਹੋਇਆ ਤਾਂ ਇੰਨੇ ਵਰੇ ਪਹਿਲਾਂ ਛਾਈ ਵੱਲੋਂ ਕਈਆਂ ਔਖਿੰਡਰੀਆਂ ਪੁੰਡਰੀਆਂ ਕਾਤਰਾਂ ਪੜਿਆਂ ਵੀ ਜੁੜ ਵੀ ਗਈਆਂ ਉਹਨਾਂ ਦੇ ਅਰਥ ਵੀ ਸਾਹਮਣੇ ਆ ਗਏ ਵਰਾ ਪਹਿਲਾਂ ਵਾਪਰੀ ਘਟਨਾ ਦੇ ਦ੍ਰਿਸ਼ ਮੁਰ ਮੇਰੀਆਂ ਅੱਖਾਂ ਮੋਰੀ ਸਾਕਾਰ ਹੋਣ ਲੱਗਦੇ ਹਨ ਚਾਈ ਮਰੀ ਤੋਂ ਇੰਨੇ ਬਾਰੇ ਬਾਅਦ ਪਤਾ ਨਹੀਂ ਕਿੰਜ ਪਾਪਾ ਮੇਰਾ ਖੁਰਾ ਨੱਪਦਾ ਇੱਥੇ ਆ ਪਹੁੰਚਿਆ ਮੈਂ ਉਹਨੂੰ ਵੇਖ ਕੇ ਹੈਰਾਨਤਾ ਹੋਇਆ ਪਰ ਉਹਦੇ ਗਲ ਲਾ ਕੇ ਠੰਡ ਵੀ ਪਈ ਸੀ ਮੈਂ ਤਾਂ ਸੁਣਿਆ ਸੀ ਪਾਪਾ ਉਸ ਦਿਨ ਤੋਂ ਬਾਅਦ ਕਿਤੇ ਕਾਲੀ ਮਿੱਟੀ ਕੰਮ ਠੰਡਾ ਕਰਨ ਚੱਲਿਆ ਗਿਆ ਸੀ ਇੰਨੇ ਬਰਿਆਂ ਬਾਅਦ ਇੰਜ ਅਚਨਚੇਤੋ ਦਾ ਪ੍ਰਗਟ ਹੋਣਾ ਸੱਚਮੁੱਚ ਅਚੰਭੇ ਵਾਲੀ ਗੱਲ ਸੀ ਪਾਪਾ ਟਿੱਲਾ ਮੱਠਾ ਜਿਆ ਸੀ ਜਦੋਂ ਮੇਰੇ ਕੋਲ ਆਇਆ ਸਾਰਾ ਦਿਨ ਚੁੱਪਚਾਪ ਬੈਠਾ ਰਹਿੰਦਾ ਧੁੱਪ ਵੱਲ ਮੂੰਹ ਕਰਕੇ ਬੇਸ਼ੱਕ ਇੱਥੇ ਉਹਦੇ ਬਾਰੇ ਕੋਈ ਨਹੀਂ ਸੀ ਜਾਣਦਾ ਨਾ ਹੀ ਰੂਪੇ ਨੇ ਉਹਦੇ ਬਾਰੇ ਕੋਈ ਬਹੁਤੀ ਨਿਸ਼ਾਨ ਕੀਤੀ ਸੀ ਉਹਨੂੰ ਇੰਜ ਚੁੱਪਚੁੱਪ ਬੈਠੇ ਨੂੰ ਵੇਖ ਕਦੀ ਕਦੀ ਮਨ ਨੂੰ ਹੌਲ ਜੇ ਵੀ ਪੈਣ ਲੱਗਦੇ ਕਦੀ ਮੈਂ ਆਪਣੇ ਆਪ ਨੂੰ ਧੀਰਜ ਜੇ ਵੀ ਦਿੰਦਾ ਕਿ ਜਿਸ ਬਾਪ ਲਈ ਮੈਂ ਤਰਸਦਾ ਰਿਆ ਮੇਰੇ ਕੋਲ ਰਿਹਾ ਕਰੂ ਹੁਣ ਜਿਹੜਾ ਇਕੱਲਤਾ ਨੂੰ ਦਿਨੇ ਰਾਤ ਜ਼ਰਬਾਂ ਤਕਸੀਮਾ ਕਰਦਿਆਂ ਦਿਮਾਗ ਦੀਆਂ ਨਸਾਂ ਦਾ ਤਣਾ ਹਮੇਸ਼ਾ ਸਿਖਰ ਤੇ ਰਹਿੰਦਾ ਸੀ ਸੋਚਿਆ ਘੱਟ ਹੋਊ ਕੁਝ ਪਰ ਕਿੱਥੇ ਸਗੋਂ ਕਈ ਗੁਣਾ ਹੋਰ ਵੱਧ ਗਿਆ ਸੀ ਤੇ ਇਸੇ ਕਰਕੇ ਰਾਤ ਸੁੱਤੇ ਪਏ ਦਾ ਮੇਰਾ ਕੋ ਰੜੂ ਜਿਹਾ ਵੀ ਵੱਜਣ ਲੱਗਿਆ ਹੱਥ ਪੈਰ ਸੁੰਨ ਹੋਣ ਲੱਗਦੇ ਸੀ ਰੂਪੇ ਵੱਲੋਂ ਹਲੂਣ ਕੇ ਜਗਾਉਣ ਵਾਲੀ ਸੁਰਤੀ ਭਰਤਦੀ ਸੀ ਸ਼ਾਇਦ Papa ਆਪਣੇ ਹਿੱਸੇ ਆਈ ਜ਼ਿੰਦਗੀ ਜ਼ਿੰਦਗੀ ਚ ਬਚਦੇ ਗਿਣਤੀ ਦੇ ਦਿਨੀ ਪੂਰੇ ਕਰਨ ਆਇਆ ਇੱਥੇ ਜਾਂ ਉਹਦੇ ਪਉ ਮਰਲਾ ਉਹਨੂੰ ਖਿੱਚ ਲਿਆ ਮੈਨੂੰ ਚੇਤੇ ਆ ਉਹਨੇ ਉਸ ਦਿਨ ਐਵੇਂ ਦੋ ਚਾਰ ਘਟ ਘੋਰੇ ਜਿਹੀ ਲਏ ਉਹ ਤੋਂ ਜ਼ਬਾਨ ਤੇ ਡਿੱਗਾ ਚਮਚਾ ਭਰ ਪਾਣੀ ਮੂੰਹ ਵਿੱਚ ਕੇ ਪੂਰੀ ਤਰ੍ਹਾਂ ਅੰਦਰ ਵੀ ਨਹੀਂ ਸੀ ਲੰਘਾ ਹੋਇਆ ਮੇਰੀਆਂ ਬਾਵਾਵਾਂ ਦੇ ਕਲਾਵੇ 'ਚ ਉਹਦੇ ਆਖਰੀ ਸਾਹ ਦੀ ਹਲਕੀ ਜਿਹੀ ਫੂਕ ਬਾਹਰ ਨਿਕਲੀ ਉਹਦੀਆਂ ਖੁੱਲੀਆਂ ਅੱਖਾਂ ਦੀਆਂ ਝਮਣੀਆਂ ਉਂਝ ਦੀਆਂ ਉਂਝੀ ਅਟਕ ਗਈਆਂ ਤੇ ਡੇਲੇ ਸਥਿਰ ਹੋ ਗਏ ਸੀ ਮੈਂ ਵੀ ਤਾਂ ਬਥੇਰਾ ਆਪਣੇ ਆਪ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਫੇਰ ਵੀ ਮਨ ਭਾਰ ਆਇਆ ਸੀ ਮੇਰਾ ਪਾਪੇ ਦੀ ਮੰਜੀ ਕੋਲ ਜ਼ਮੀਨ ਤੇ ਬੈਠੇ ਨੂੰ ਰੂਪੇ ਨੇ ਸਹਿਜ ਨਾਲ ਪੁੱਛਿਆ ਸੀ ਭਾਤ ਈ ਰਿਆ ਪਾਪੇ ਮਗਰ ਕਾਲੀ ਮਿੱਟੀਉ ਤਾਂ ਕਿਸੇ ਹੁਣਾ ਨਹੀਂ ਆਪਾਂ ਕਰੀਏ ਫਿਰਾਰ ਪਾਰ ਮੇਰੇ ਤੋਂ ਕੁਝ ਵੀ ਬੋਲ ਨਹੀਂ ਸੀ ਹੋਇਆ ਖਾਲੀ ਖਾਲੀ ਝਾਕਦਾ ਰਿਹਾ ਸੀ ਇੱਧਰ ਉੱਧਰ ਰੂਪੇ ਨੇ ਨੱਟ ਭੱਜ ਕੀਤੀ ਸੀ ਬਹੁਤੀ ਲਾਗੇ ਝਾਗੇ ਤੋਂ 2-4 ਬੰਦੇ ਇਕੱਠੇ ਕੀਤੇ ਆਪ ਅੱਗੇ ਹੋ ਕੇ ਨਵਾਇਆ ਧਵਾਇਆ ਪਾਪੇ ਨੂੰ ਮਸਾਣਾ ਚ ਖੜਾ ਮੈਂ ਕੋਰੇ ਲੱਠੇ ਦੇ ਚਿੱਟੇ ਕੱਪੜੇ ਚ ਭਲੇਟੇ ਪਾਪੇ ਨੂੰ ਨੀਂ ਜਲਾ ਕੇ ਝਾਕ ਰਿਹਾ ਜਿਨੂੰ ਚੌ ਬੰਦਿਆਂ ਨੇ ਚੁੱਕ ਕੇ ਲੱਕੜਾਂ ਤੇ ਲਟਾਤਾ ਸੀ ਤੇ ਵੱਡੀਆਂ ਛੋਟੀਆਂ ਲੱਕੜਾਂ ਇੱਕ ਦੂਜੇ ਕੋਲੋਂ ਫੜਫੜਾ ਕੇ ਸਹਿਜ ਸਹਿਜ ਭਾਪੇ ਦੇ ਜਿਸਮ ਤੇ ਟਿਕਾ ਰਹੇ ਸਨ ਮੈਂ ਪਾਸੇ ਖੜਾ ਲੰਮੀਆਂ ਤਾਣ ਕੇ ਸੁੱਤੇ ਭਾਪੇ ਨੂੰ ਵੇਖ ਰਿਹਾ ਸੀ ਰੂਪਾ ਪੈਰਕ ਸੀਟ ਦਾ ਮੇਰੇ ਕੋਲ ਆਇਆ ਤੇ ਕੰਨ ਲਾਗੇ ਮੂੰਹ ਕਰਕੇ ਸਹਿਜ ਨਾਲ ਬੋਲਿਆ ਸੀ ਭਾਤ ਹੀ ਰਿਆ ਗੱਲ ਸੁਣ ਇੱਕ ਭੇਤ ਵਾਲੇ ਮੈਂ ਉੰਜ ਹੀ ਖੜੇ ਖੜੇ ਨੇ ਧੌਣ ਪਵਾ ਕੇ ਉਹਦੇ ਵੱਲ ਵੇਖਿਆ ਉਹਨੇ ਮੇਰੀਆਂ ਦੋ ਅੱਖਾਂ ਦੇ ਧੁਰ ਅੰਦਰ ਝਾਕਦਿਆਂ ਪਹਿਲਾਂ ਸੱਜੇ ਖੱਬੇ ਵੇਖਿਆ ਫਿਰ ਮੇਰੇ ਕੰਨ ਲਾਗੇ ਮੂੰਹ ਕਰਕੇ ਥੋੜਾ ਧੀਮੀ ਸੁਰ ਚ ਬੋਲੇ ਧੀਰਿਆ ਮੈਂ ਪਾਪੇ ਨੂੰ ਨਹਾਉਣ ਵਾਲੇ ਵੇਖਿਆ ਪਾਪਾ ਤਾਂ ਆਪਣਾ ਬਾਬਾ ਸੀ ਬਾਬਾ ਕਿੰਨਰ ਕਹਿੰਦੇ ਉਹਨੇ ਆਪਣੇ ਆਪਣਾ ਮੂੰਹ ਤਾਂ ਘੁੱਟ ਕੇ ਮੀਟ ਲਿਆ ਪਰ ਮੈਨੂੰ ਕਿਸੇ ਅੰਨੇ ਖੂਚ ਧੱਕਾ ਦੇ ਗਿਆ ਜਿੱਥੋਂ ਮੈਂ ਕਦੀ ਵੀ ਬਾਹਰ ਨਹੀਂ ਸੀ ਨਿਕਲ ਸਕਦਾ ਮੈਂ ਖੜਾ ਖੜਾ ਤਰੇਲੀ ਉਤਰੇਲੀ ਹੋ ਗਿਆ ਸੀ ਹੱਥ ਪੈਰ ਸੁੰਨ ਹੋਣ ਲੱਗੇ ਸੀ ਚਾਹੀਦੀਆਂ ਕਈਆਂ ਗੱਲਾਂ ਮੁੱਢ ਮੇਰੇ ਕੰਨਾਂ 'ਚ ਗੂੰਜਣ ਲੱਗੀਆਂ ਜਿੰਨਾ ਨੂੰ ਸੋਚਦਿਆਂ ਮੇਰਾ ਸਿਰ ਚਕਰਾ ਰਿਆ ਸੀ ਮੈਂ ਰੂਪੇ ਤੋਂ ਮੂੰਹ ਛੁਪਾ ਕੇ ਕਿਧਰੇ ਲੋਪ ਹੋ ਜਾਣਾ ਚਾਹੁੰਦਾ ਸੀ ਇਸੇ ਲਈ ਮੈਂ ਉਹਦੇ ਵੱਲ ਬਹੁਤੀ ਤਵੱਜੋ ਦੇਣ ਦੀ ਬਜਾਏ ਦੋ ਪੈਰ ਤਿਆਰ ਹੋਈ ਚਿਖਾਵਲ ਪੁੱਟੇ ਸੰ ਪਾਪੇ ਦਾ ਮੂੰਹ ਸਿਰ ਨਿੱਕੀਆਂ ਵੱਡੀਆਂ ਲੱਕੜਾਂ ਨੇ ਟੱਕ ਦਿੱਤਾ ਸੀ ਬਸ ਕਿਤੇ ਕਿਤੇ ਵਿਰਲਾ ਜੀਆਂ ਚੋਂ ਚਿੱਟਾ ਕੱਪੜਾ ਵਿਖਾਈ ਦਿੰਦਾ ਸੀ ਕਿਸੇ ਨੇ ਮੋਰਤਾ ਮੇਰੇ ਹੱਥ ਫੜਾਇਆ ਨਾਲੇ ਤਿੰਨ ਚਾਰ ਥਿੱਲਾਂ ਇਕੱਠੀਆਂ ਬਾਲ ਕੇ ਸਿਰੇ ਨੂੰ ਅੱਗ ਵਿਖਾਤੀ ਮੈਥੋਂ ਇੱਕ ਬਾਹ ਨਾਲ ਬਲ ਦਾ ਮੋਤਾ ਸੰਭਾਲਣੀ ਸੀ ਹੋ ਰਿਆ ਇਸੇ ਲਈ ਰੂਪਾ ਗਾਂ ਹੋ ਕੇ ਆਪਣੇ ਇੱਕ ਹੱਥ ਦਾ ਸਹਾਰਾ ਦਿੰਦੇ ਆ ਮੇਰੇ ਨਾਲ ਤੁਰਨ ਲੱਗਿਆ ਸੀ ਪਤਾ ਨਹੀਂ ਕਿਉਂ ਨਾਲ-ਨਾਲ ਤੁਰਦੇ ਰੂਪੇ ਦੀ ਪੈੜ ਚਾਲ ਤੋਂ ਮੈਨੂੰ ਇਓਂ ਲੱਗਿਆ ਜਿਵੇਂ ਛਾਈ ਮੇਰੇ ਕਦਮ ਨਾਲ-ਕਦਮ ਰਲਾਉਂਦੀ ਮੇਰੇ ਨਾਲ ਤੁਰ ਪਈ ਹੋਵੇ ਪਾਪੇ ਦੇ ਪੈਰਾਂ ਤੋਂ ਲੈ ਕੇ ਸਿਰ ਟੀਕਰ ਦਾ ਪੈਂਡਾ ਤੈਅ ਕਰਦਿਆਂ ਮੇਰੀ ਹਾਰ ਹੋ ਗਈ ਸੀ ਸੁੱਕੀਆਂ ਤੇ ਪਤਲੀਆਂ ਟਹਿਣੀਆਂ ਨੇ ਟੜ-ਟੜ ਕਰਦਿਆਂ ਛਾ ਟੱਗ ਫੜ ਲਈ ਸੀ ਫਲਾਂਛਣਾ ਜੀ ਥਾਂਬੜ ਮਚਾ ਦਿੱਤੇ ਸੀ ਮੈਨੂੰ ਲੱਗਿਆ ਜਿਵੇਂ ਸਾਰੀ ਅੱਗ ਮੇਰੇ ਸੀਨੇ 'ਚ ਆ ਲੱਗੀ ਹੋਵੇ ਤੇ ਮੈਂ ਖੜਾ ਖੜੋਤਾ ਧੁਰੰਦਰ ਤੀਕ ਮਚ ਪਿਆ ਹਾਂ ਧੰਨ